फोटो दो सारा कुछ दस्या ते मैं बाकी वीरां नूं भी बेनती करदे कि इसे तरह ही हुम हम आके मीटिंग विच आओ ते इत्थों जिहड़ियां आउण वालियां फैसिलिटियां ओह लाओ शहीद परिवारां नूं खास करके भी उहनां दा असीं जिहड़ा प्रोग्राम है मार्च अप्रैल विच हफ्ते इक अद्धे दे विच असीं डेट सिलैक्ट कर लैणी है ते उह तुहानूं थोड़े दिनां तक दस्या जाऊगा हर शहीद परिवार दे घर फोन कीता जाऊगा जिन्हां दा असीं मान सन्मान करना ते जिहड़े बाकी शहीद परिवार है उहनां दा जिद्दां जिद्दां नंबर आई जांदा है उहनां नूं भी असीं टेलीफोन ते संपर्क विच उहनां दे रहांगे उहनां नूं भी दस्सांगे ते अगला तुसीं इंतजार करो कि असीं तुहानूं मीटिंग दी डेट किन्नी दस दें शहीद परिवारां दी ते जिहड़ी महीनावार मीटिंग है ਉਹ ਹਰ ਮਹੀਨੇ 5 ਤਰੀਕ ਦੀ ਹੈ ਪਰ ਕੁਝ ਜਿੱਦਾਂ ਗਰੁੱਪ ਸੈਂਟਰ ਦੇ ਜਾਂ ਕੋਈ ਕਈ ਵਾਰੀ ਕੰਮ ਪੈ ਜਾਂਦੇ ਜਿੱਦਾਂ ਅਰਕਾਸ਼ ਜੀ ਸਾਹਿਬ ਆ ਗਏ ਤੇ ਅਸੀਂ 5 ਨੂੰ ਨਹੀਂ ਕਰ ਸਕੇ ਜੀ 5 ਨੂੰ ਗੁਰਪੁਰਬ ਸਾਹਿਬ ਆ ਗਿਆ 7 ਨੂੰ ਆਈ ਜੀ ਸਾਹਿਬ ਆ ਗਏ ਤੇ ਫਿਰ ਅੱਜ 11 ਨੂੰ ਅਸੀਂ ਕੀਤੀ ਹੈ ਤੇ ਏਦਾਂ ਹੀ ਅਸੀਂ ਗਾਂਹ ਨੂੰ ਵੀ ਤਰੀਕ 5 ਹੀ ਹੈ ਪਰ ਕੋਈ ਐਡਜਸਟਮੈਂਟ ਇੱਦਾਂ ਸਾਨੂੰ ਕਈ ਵਾਰੀ ਕਰਨੀ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਲੱਗਾ ਅੱਜ ਚੰਗਾ ਲੱਗਾ ਵੀ ਅੱਜ ਸਾਡੇ ਵੀਰ ਸਾਡੇ ਨਾਲ ਨਵੇਂ ਸਾਡੇ ਵੀਰ ਮੋਗੇ ਜ਼ਿਲ੍ਹੇ ਤੋਂ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਇਹਨਾਂ ਨੂੰ ਵੀ ਮੋਗੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਇਹ ਵੀ ਬਲਵਿੰਦਰ ਸਿੰਘ ਧਾਲੀਵਾਲ ਇਹ ਵੀ ਮੋਗੇ ਜ਼ਿਲ੍ਹੇ ਦੇ ਇਹ ਦੋਨੇ ਹੀ ਸਾਡੇ ਵੀਰ ਸੇਵਾਵਾਂ ਦੇਣਗੇ ਉੱਥੋਂ ਮੈਂ ਉੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਫਰੀਦਕੋਟ ਮੋਗਾ ਸੰਗਰੂਰ ਜਿਹੜੇ ਵੀ ਉਹ ਬੈਲਟ ਦੇ ਸਾਰੇ ਵੀਰ ਆ ਫਾਜ਼ਿਲਕਾ ਵਾਲੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਸਾਡੇ ਖਾਸ ਕਰਕੇ ਸ਼ਹੀਦ ਪਰਿਵਾਰ ਤੇ ਐਕਸ ਮੈਨ ਜਿਹੜੇ ਕਈ ਓਲਡ ਮੈਨ ਨਹੀਂ ਆ ਸਕਦੇ ਉਹ ਆਪਣੇ ਜ਼ਿਲ੍ਹਾ ਪ੍ਰਧਾਨਾਂ ਨਾਲ ਸੰਪਰਕ ਕਰ ਲਓ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਪ੍ਰੋਗਰਾਮ ਏਦਾਂ ਦਾ ਬਣਾਈਏ ਕਿ ਜਿਹੜਾ ਅਸੀਂ ਜਾਂ ਮੋਗੇ ਜਾਂ ਸੰਗਰੂਰ ਵਾਲੇ ਪਾਸੇ ਕੋਈ ਜੇ ਮੀਟਿੰਗ ਦਾ ਪ੍ਰੋਗਰਾਮ ਸਾਨੂੰ ਲੱਗਿਆ ਵੀ ਉੱਥੇ ਜ਼ਿਆਦਾ ਲੋਕ ਹੈਗੇ ਆ ਉੱਥੇ ਸਾਡੀ ਜਾਣ ਦੀ ਲੋੜ ਹੈ ਉਹ ਇੱਥੇ ਨਹੀਂ ਆ ਸਕਦੇ ਤੇ ਅਸੀਂ DIG ਸਾਹਿਬ ਤੋਂ ਪਰਮਿਸ਼ਨ ਲੈ ਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਹਰ ਜ਼ਿਲ੍ਹੇ ਵਿਚ ਪਹੁੰਚ ਕੇ ਵੀਰਾਂ ਦੀ ਸੇਵਾ ਕਰ ਸਕੀਏ ਤੇ ਮੈਂ ਹੁਣ ਤੁਹਾਡੀ ਗੱਲਬਾਤ ਹੋਈ ਤੇ ਕਰਾਉਣਾ ਸਰਦਾਰ ਸੁੱਚਾ ਸਿੰਘ ਡਿਸਟ੍ਰਿਕਟ ਕਪੂਰਥਲੇ ਦੇ ਪ੍ਰਧਾਨ ਹੈ ਸਾਡੀ ਐਸੋਸੀਏਸ਼ਨ ਦੇ ਵੀ ਵਾਈਸ ਪ੍ਰੈਜ਼ੀਡੈਂਟ ਹੈ ਤੇ ਇਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਹਾਂ ਸਰਦਾਰ ਸੁੱਚਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਤਕਰੀਬਨ ਐਸੋਸੀਏਸ਼ਨ ਚਲਾਉਂਦਿਆਂ ਨੂੰ 7 ਸਾਲ ਹੋ ਗਏ 7-8 ਸਾਲ ਹੋ ਗਏ ਤੇ ਅਸੀਂ ਗਰੁੱਪ ਸੈਂਟਰ ਦੇ ਜਿੰਨੇ ਵੀ ਅਫਸਰ ਆ ਜਿੰਨੀ ਅਸੀਂ ਫੈਸਿਲਿਟੀ ਮੰਗੀ ਹੈ ਜੋ ਸੇਵਾ ਸੀ ਸਾਨੂੰ ਬਿਲਕੁਲ ਐਨ ਟਾਈਮ ਨਾਲ ਮਿਲ ਰਹੀ ਹੈ ਤੇ ਗਾਂਵ ਵਿੱਚ ਜਵਾਨਾਂ ਨੂੰ ਮੈਂ ਆਪਣੇ ਜਿਹੜੇ ਐਸੋਸੀਏਸ਼ਨ ਦੇ ਜਵਾਨ ਹੈ ਉਹਨਾਂ ਨੂੰ ਕਹਿੰਦੇ ਵੀ ਆਓ ਗਰੁੱਪ ਸੈਂਟਰ ਵਿੱਚ ਆਪਣਾ ਲਾਹਾ ਲਓ ਗਰੁੱਪ ਸੈਂਟਰ ਵਿੱਚ ਆ ਕੇ ਤੇ ਇਸ ਐਸੋਸੀਏਸ਼ਨ ਦਾ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੀ 2023 ਦੀ ਪਹਿਲੀ ਮੀਟਿੰਗ ਗਰੁੱਪ ਸੈਂਟਰ ਜਲੰਧਰ ਵਿੱਚ ਐਕਸਮੈਨ ਵੀਰਾਂ ਦੀ ਕੀਤੀ ਗਈ ਹੈ ਤੇ ਉਹਦੇ ਵਿੱਚ ਅੱਜ ਅਲੱਗ ਅਲੱਗ ਵਿਚਾਰ ਹੋਏ ਹੈ ਤੇ ਅਲੱਗ ਅਲੱਗ ਵੀਰ ਜ਼ਿਲ੍ਹਿਆਂ ਤੋਂ ਆਏ ਆ ਫਰੀਦਕੋਟ ਤੋਂ ਮੋਗੇ ਤੋਂ ਹੋਰ ਅਲੱਗ ਅਲੱਗ ਡਿਸਟ੍ਰਿਕਟਾਂ ਤੋਂ ਪਹੁੰਚੇ ਹੈ ਤੇ ਅਸੀਂ ਤੁਹਾਡੀ ਸਾਰਿਆਂ ਵੀਰਾਂ ਨਾਲ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਾਉਣ ਦੀ ਤੇ ਆਪਾਂ ਸਭ ਤੋਂ ਪਹਿਲਾਂ ਫਰੀਦਕੋਟ ਡਿਸਟ੍ਰਿਕਟ ਦੇ ਅੱਜ ਪ੍ਰਧਾਨ ਵੀ ਬਣਾਏ ਆ ਸਰਦਾਰ ਮੰਗਲ ਸਿੰਘ ਜੀ ਸੋਰੀ ਮਹਿਲ ਸਿੰਘ ਜੀ ਤੇ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਕਿ ਐਸੋਸੀਏਸ਼ਨ 'ਚ ਉਹਨਾਂ ਨੂੰ ਪਹੁੰਚ ਕੇ ਅੱਜ ਕਿੱਦਾਂ ਦਾ ਮਹਿਸੂਸ ਹੋਇਆ ਤੇ ਕਿੱਦਾਂ ਉਹ ਬਾਕੀਆਂ ਵੀਰਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਆ ਆਓ ਤੁਹਾਡੀ ਗੱਲਬਾਤ ਡਿਸਟ੍ਰਿਕਟ ਪ੍ਰਧਾਨ ਫਰੀਦਕੋਟ ਨਾਲ ਕਰਾਉਂਦੇ ਹਾਂ ਜੀ ਧੰਨਵਾਦ ਹਾਂਜੀ ਭਾਜੀ ਤੁਹਾਨੂੰ ਕਿੱਦਾਂ ਦਾ ਲੱਗਾ ਅੱਜ ਇੱਥੇ ਪਹੁੰਚ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਡੀ ਸਾਹਿਬ ਬੇਅੰਤ ਖੁਸ਼ੀ ਹੋਈ ਹੈ ਬਾਕੀ ਜੋ ਅੱਜ ਐਸੋਸੀਏਸ਼ਨ ਦੇ ਵਿੱਚ ਆ ਕੇ ਅਤੇ ਇੱਕ ਜਿਹੜਾ ਐਕਸ ਮੈਨਾਂ ਦਾ ਪ੍ਰਭਾਵ ਦੇਖਿਆ ਅਤੇ ਕਾਫੀ ਸੰਗਤ ਜਿਹੜੀ ਇੱਥੇ ਆਈ ਹੈ ਅਤੇ ਆਪਣਾ ਕਾਗਜ਼ਾਤ ਵਗੈਰਾ ਲੈ ਕੇ ਆਏ ਆ ਜਿਹੜਾ ਤੁਸੀਂ ਉਪਰਾਲਾ ਕੀਤਾ ਹੋਇਆ ਸੀ ਐਕਸ ਮੈਨਾਂ ਦਾ ਬਹੁਤ ਹੀ ਚੰਗਾ ਲੱਗਾ ਔਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਐਕਸ ਮੈਨ CRP ਦੇ ਵਿੱਚੋਂ ਰਿਟਾਇਰਮੈਂਟ ਹੈ ਚਾਹੇ ਉਹ ਕਿਸੇ ਵੀ ਰੈਂਕ ਤੇ ਹੈ ਉਹ ਆਪਣਾ ਯੋਗਦਾਨ ਇਸ ਐਸੋਸੀਏਸ਼ਨ ਨੂੰ ਦੇਵੇ ਤੇ ਕੰਡੀ ਸਾਹਿਬ ਦਾ ਨੰਬਰ ਸਾਰਿਆਂ ਦੇ ਕੋਲ ਚਲੇ ਹੀ ਗਿਆ ਹੋਣਾ ਨਹੀਂ ਤਾਂ ਅਸੀਂ ਨੰਬਰ ਤੁਹਾਨੂੰ ਪੁੱਟ ਅਪ ਕਰ ਸਕਦੇ ਹਾਂ ਬਾਕੀ ਹਰ ਇੱਕ ਚੀਜ਼ ਹੈ
अज जी एसोसीएशन की मीटिंग हुई सी, मीटिंग दे विच काफी मतलब के जेडे एक्समैन आए सी जिन्हां दे फार्म भरे गए। तो इस फार्म का यह नहीं कि फार्म भरे गए, फैसिलिटियां जिहड़ियां पहले भी दसियां गईयां कि कंटीन सुविधा भी मिलेगी ते मेडिकल सुविधा भी मिलेगी। जिहड़ा 1,000 रुपया मेडिकल का मिलता सी वह कटअप करके आपां तुहाडे जिन्हें भी तुहाडे ते मतलब बच्चे डिपेंड करते हैं ज माँ बाप डिपेंड करता उन्हों का ट्रीटमेंट जरा फ्री होगा। और फ्री नहीं एक मतलब कि बिल्कुल आप इस चीज़ को कहने हैं ये बहुत ही वधिया चीज़ है। इन सारे जिन्हें भी आप एक्समैन आप योगदान देके इस एसोसीएशन का साथ दईए ते इनू अगे तरक्की बख्शिश हो। वाहेगुरु जी का खालसा वाहेगुरु जी की फतेह। हूँ ताड़ी असी कराने सरदार बलविंदर सिंह धालीवाल होना ना ਇਹ ਮੋਗੇ ਤੋਂ ਆਏ ਆ ਤੇ ਇਹਨਾਂ ਨੇ ਮੋਗੇ ਜ਼ਿਲ੍ਹੇ ਤੋਂ ਇੱਥੇ ਪਹੁੰਚੇ ਆ ਤੇ ਇਹਨਾਂ ਦੇ ਵਿਚਾਰ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਬਲਵਿੰਦਰ ਸਿੰਘ ਧਾਲੀਵਾਲ ਮੋਗੇ ਤੋਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਸੁਰਿੰਦਰ ਸਿੰਘ ਕੰਢੀ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੇ ਸਾਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਬਹੁਤ ਵਧੀਆ ਢੰਗ ਨਾਲ ਨਿਭਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਪਰਿਵਾਰਾਂ ਨੂੰ ਖਾਸ ਕਰਕੇ ਵੀ ਉਹਨਾਂ ਦਾ ਅਸੀਂ ਜਿਹੜਾ ਪ੍ਰੋਗਰਾਮ ਹੈ ਮਾਰਚ ਅਪ੍ਰੈਲ ਵਿਚ ਹਫ਼ਤੇ ਇੱਕ ਅੱਧੇ ਦੇ ਵਿਚ ਅਸੀਂ ਡੇਟ ਸਿਲੈਕਟ ਕਰ ਲੈਣੀ ਹੈ ਤੇ ਉਹ ਤੁਹਾਨੂੰ ਥੋੜੇ ਦਿਨਾਂ ਤੱਕ ਦੱਸਿਆ ਜਾਊਗਾ। ਹਰ ਸ਼ਹੀਦ ਪਰਿਵਾਰ ਦੇ ਘਰ ਫੋਨ ਕੀਤਾ ਜਾਊਗਾ ਜਿਨ੍ਹਾਂ ਦਾ ਅਸੀਂ ਮਾਨ ਸਨਮਾਨ ਕਰਨਾ ਤੇ ਜਿਹੜੇ ਬਾਕੀ ਸ਼ਹੀਦ ਪਰਿਵਾਰ ਹੈ ਉਹਨਾਂ ਦਾ ਜਿੱਦਾਂ ਜਿੱਦਾਂ ਨੰਬਰ ਆਈ ਜਾਂਦਾ ਉਹਨਾਂ ਨੂੰ ਵੀ ਅਸੀਂ ਟੈਲੀਫੋਨ ਤੇ ਸੰਪਰਕ ਵਿਚ ਉਹਨਾਂ ਦੇ ਰਹਾਂਗੇ ਉਹਨਾਂ ਨੂੰ ਵੀ ਦੱਸਾਂਗੇ ਤੇ ਅਗਲਾ ਤੁਸੀਂ ਇੰਤਜ਼ਾਰ ਕਰੋ ਕਿ ਅਸੀਂ ਤੁਹਾਨੂੰ ਮੀਟਿੰਗ ਦੀ ਡੇਟ ਕਿੰਨੀ ਦੱਸਦੇ ਹਾਂ ਸ਼ਹੀਦ ਪਰਿਵਾਰਾਂ ਦੀ ਤੇ ਜਿਹੜੀ ਮਹੀਨਾਵਾਰ ਮੀਟਿੰਗ ਹੈ ਉਹ ਹਰ ਮਹੀਨੇ 5 ਤਰੀਕ ਦੀ ਹੈ ਪਰ ਕੁਝ ਜਿੱਦਾਂ ਗਰੁੱਪ ਸੈਂਟਰ ਤੇ ਜਾਂ ਕੋਈ ਕਈ ਵਾਰੀ ਕੰਮ ਪੈ ਜਾਂਦੇ ਜਿੱਦਾਂ ਅਰਕਾਈ ਜੀ ਸਾਹਿਬ ਆ ਗਏ ਤੇ ਅਸੀਂ 5 ਨੂੰ ਨਹੀਂ ਕਰ ਸਕੇ। 5 ਨੂੰ ਗੁਰਪੁਰਬ ਸਾਹਿਬ ਆ ਗਿਆ, 7 ਨੂੰ ਆਈ ਜੀ ਸਾਹਿਬ ਆ ਗਏ ਤੇ ਫਿਰ ਅੱਜ 11 ਨੂੰ ਅਸੀਂ ਕੀਤੀ ਹੈ ਤੇ ਏਦਾਂ ਹੀ ਅਸੀਂ ਗਾਹ ਨੂੰ ਵੀ ਤਰੀਕ 5 ਹੀ ਹੈ ਪਰ ਕੋਈ ਐਡਜਸਟਮੈਂਟ ਇੱਦਾਂ ਸਾਨੂੰ ਕਈ ਵਾਰੀ ਕਰਨੀ ਪੈਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਗਾ ਲੱਗਾ ਅੱਜ ਚੰਗਾ ਲੱਗਾ ਵੀ ਅੱਜ ਸਾਡੇ ਵੀਰ ਸਾਡੇ ਨਾਲ ਨਵੇਂ ਸਾਡੇ ਵੀਰ ਮੋਗੇ ਜ਼ਿਲ੍ਹੇ ਤੋਂ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਇਹਨਾਂ ਨੂੰ ਵੀ ਮੋਗੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਇਹ ਵੀ ਬਲਵਿੰਦਰ ਸਿੰਘ ਧਾਲੀਵਾਲ ਇਹ ਵੀ ਮੋਗੇ ਜ਼ਿਲ੍ਹੇ ਦੇ ਇਹ ਦੋਨੇ ਹੀ ਸਾਡੇ ਵੀਰ ਸੇਵਾਵਾਂ ਦੇਣਗੇ ਉੱਥੋਂ। ਮੈਂ ਉੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਫਰੀਦਕੋਟ ਮੋਗਾ ਸੰਗਰੂਰ ਜਿਹੜੇ ਵੀ ਉਹ ਬੈਲਟ ਦੇ ਸਾਰੇ ਵੀਰ ਆ ਫਾਜ਼ਿਲਕਾ ਵਾਲੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਸਾਡੇ ਖਾਸ ਕਰਕੇ ਸ਼ਹੀਦ ਪਰਿਵਾਰ ਤੇ ਐਕਸਮੈਨ ਜਿਹੜੇ ਕਈ ਓਲਡ ਮੈਨ ਨਹੀਂ ਆ ਸਕਦੇ ਉਹ ਆਪਣੇ ਜ਼ਿਲ੍ਹਾ ਪ੍ਰਧਾਨਾਂ ਨਾਲ ਸੰਪਰਕ ਕਰ ਲਓ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਪ੍ਰੋਗਰਾਮ ਏਦਾਂ ਦਾ ਬਣਾਈਏ ਵੀ ਜਿਹੜਾ ਅਸੀਂ ਜਾਂ ਮੋਗੇ ਜਾਂ ਸੰਗਰੂਰ ਵਾਲੇ ਪਾਸੇ ਕੋਈ ਜੇ ਮੀਟਿੰਗ ਦਾ ਪ੍ਰੋਗਰਾਮ ਸਾਨੂੰ ਲੱਗਿਆ ਵੀ ਉੱਥੇ ਜ਼ਿਆਦਾ ਲੋਕ ਹੈਗੇ ਆ ਉੱਥੇ ਸਾਡੀ ਜਾਣ ਦੀ ਲੋੜ ਹੈ ਉੱਥੇ ਨਹੀਂ ਆ ਸਕਦੇ ਤੇ ਅਸੀਂ ਡੀ ਆਈ ਜੀ ਸਾਹਿਬ ਤੋਂ ਪਰਮਿਸ਼ਨ ਲੈ ਕੇ ਕਈ ਕੋਸ਼ਿਸ਼ ਕਰਾਂਗੇ ਵੀ ਅਸੀਂ ਹਰ ਜ਼ਿਲ੍ਹੇ ਵਿਚ ਪਹੁੰਚ ਕੇ ਵੀਰਾਂ ਦੀ ਸੇਵਾ ਕਰ ਸਕੀਏ ਤੇ ਮੈਂ ਹੁਣ ਤੁਹਾਡੀ ਗੱਲਬਾਤ ਹੋਈ ਤੇ ਕਰਾਉਣਾ ਸਰਦਾਰ ਸੁੱਚਾ ਸਿੰਘ ਡਿਸਟ੍ਰਿਕਟ ਕਪੂਰਥਲੇ ਦੇ ਪ੍ਰਧਾਨ ਹੈ ਸਾਡੀ ਐਸੋਸੀਏਸ਼ਨ ਦੇ ਵੀ ਵਾਈਸ ਪ੍ਰੈਜ਼ੀਡੈਂਟ ਹੈ ਤੇ ਇਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਹਾਂ। ਸਰਦਾਰ ਸੁੱਚਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਤਕਰੀਬਨ ਐਸੋਸੀਏਸ਼ਨ ਚਲਾਉਂਦਿਆਂ ਨੂੰ 7 ਸਾਲ ਹੋ ਗਏ, 7-8 ਸਾਲ ਹੋ ਗਏ ਤੇ ਅਸੀਂ ਗਰੁੱਪ ਸੈਂਟਰ ਦੇ ਜਿੰਨੇ ਵੀ ਅਫਸਰ ਆ ਜਿੰਨੀ ਅਸੀਂ ਫੈਸਿਲਿਟੀ ਮੰਗੀ ਹੈ ਜੋ ਸੇਵਾ ਸੀ ਸਾਨੂੰ ਬਿਲਕੁਲ ਐਨ ਟਾਈਮ ਨਾਲ ਮਿਲ ਰਹੀ ਹੈ ਤੇ ਗਾਂ ਵੀ ਜਵਾਨਾਂ ਨੂੰ ਮੈਂ ਆਪਣੇ ਜਿਹੜੇ ਐਸੋਸੀਏਸ਼ਨ ਦੇ ਜਵਾਨ ਆ ਉਹਨਾਂ ਨੂੰ ਕਹਿੰਦੇ ਵੀ ਆਓ ਗਰੁੱਪ ਸੈਂਟਰ ਵਿੱਚ ਆਪਣਾ ਲਾਹਾ ਲਓ, ਗਰੁੱਪ ਸੈਂਟਰ ਵਿੱਚ ਆ ਕੇ ਤੇ ਇਸ ਐਸੋਸੀਏਸ਼ਨ ਦਾ ਸਹਿਯੋਗ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਵੇਂ ਸਾਲ ਦੀ 2023 ਦੀ ਪਹਿਲੀ ਮੀਟਿੰਗ ਗਰੁੱਪ ਸੈਂਟਰ ਜਲੰਧਰ ਵਿੱਚ ਐਕਸਮੈਨ ਵੀਰਾਂ ਦੀ ਕੀਤੀ ਗਈ ਹੈ ਤੇ ਉਹਦੇ ਵਿੱਚ ਅੱਜ ਅਲੱਗ ਅਲੱਗ ਵਿਚਾਰ ਹੋਏ ਹੈ ਤੇ ਅਲੱਗ ਅਲੱਗ ਵੀਰ ਜ਼ਿਲ੍ਹਿਆਂ ਤੋਂ ਆਏ ਆ, ਫਰੀਦਕੋਟ ਤੋਂ, ਮੋਗੇ ਤੋਂ,
होर अलग अलग डिस्ट्रिक्टां तों पहुंचे है ते असी तुहाडी सारिआं वीरां नाल कोशिश करदे हां गल्लबात कराउण दी। ते आपां सब तों पहिलां फरीदकोट डिस्ट्रिक्ट दे अज प्रधान वी बनाए हैं सरदार मंगल सिंह जी, सॉरी महल सिंह जी, ते असी उहनां नाल तुहाडी गल्लबात कराउंदे हां ਵੀ ਐਸੋਸੀਏਸ਼ਨ ਚ ਉਹਨਾਂ ਨੂੰ ਪਹੁੰਚ ਕੇ ਅੱਜ ਕਿੱਦਾਂ ਦਾ ਮਹਿਸੂਸ ਹੋਇਆ ਤੇ ਕਿੱਦਾਂ ਉਹ ਬਾਕੀਆਂ ਵੀਰਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਆ, ਆਓ ਤੁਹਾਡੀ ਗੱਲਬਾਤ ਡਿਸਟ੍ਰਿਕਟ ਪ੍ਰਧਾਨ ਫਰੀਦਕੋਟ ਨਾਲ ਕਰਾਉਂਦੇ ਹਾਂ। ਧੰਨਵਾਦ। ਹਾਂਜੀ ਭਾਜੀ, ਤੁਹਾਨੂੰ ਕਿੱਦਾਂ ਦਾ ਲੱਗਾ ਅੱਜ ਇੱਥੇ ਪਹੁੰਚ ਕੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੰਡੀ ਸਾਹਿਬ, ਬੇਅੰਤ ਖੁਸ਼ੀ ਹੋਈ ਹੈ। ਬਾਕੀ ਜੋ ਅੱਜ ਐਸੋਸੀਏਸ਼ਨ ਦੇ ਵਿੱਚ ਆ ਕੇ ਤੇ ਇੱਕ ਜਿਹੜਾ ਐਕਸਮੈਨਾਂ ਦਾ ਪ੍ਰਭਾਵ ਦੇਖਿਆ ਤੇ ਕਾਫੀ ਸੰਗਤ ਜਿਹੜੀ ਇੱਥੇ ਆਈ ਹੈ ਤੇ ਆਪਣਾ ਕਾਗਜ਼ਾਤ ਵਗੈਰਾ ਲੈ ਕੇ ਆਏ ਆ, ਜਿਹੜਾ ਤੁਸੀਂ ਉਪਰਾਲਾ ਕੀਤਾ ਹੋਇਆ ਸੀ ਐਕਸਮੈਨਾਂ ਦਾ, ਬਹੁਤ ਹੀ ਚੰਗਾ ਲੱਗਾ। ਔਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਐਕਸਮੈਨ ਸੀ ਆਰ ਪੀ ਦੇ ਵਿੱਚੋਂ ਰਿਟਾਇਰਮੈਂਟ ਹੈ, ਚਾਹੇ ਉਹ ਕਿਸੇ ਵੀ ਰੈਂਕ 'ਤੇ ਹੈ, ਉਹ ਆਪਣਾ ਯੋਗਦਾਨ ਇਸ ਐਸੋਸੀਏਸ਼ਨ ਨੂੰ ਦੇਵੇ। ਅਤੇ ਕੰਡੀ ਸਾਹਿਬ ਦਾ ਨੰਬਰ ਸਾਰਿਆਂ ਦੇ ਕੋਲ ਚਲੇ ਹੀ ਗਿਆ ਹੋਣਾ, ਨਹੀਂ ਤਾਂ ਅਸੀਂ ਨੰਬਰ ਤੁਹਾਨੂੰ ਪੁੱਟਅਪ ਕਰ ਸਕਦੇ ਹਾਂ। ਬਾਕੀ ਹਰ ਇੱਕ ਚੀਜ਼ ਹੈ। ਅੱਜ ਜਿਹੜੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਸੀਗੀ, ਮੀਟਿੰਗ ਦੇ ਵਿੱਚ ਕਾਫੀ ਮਤਲਬ ਕਿ ਜਿਹੜੇ ਐਕਸਮੈਨ ਆਏ ਸੀ ਜਿਨ੍ਹਾਂ ਦੇ ਫਾਰਮ ਭਰੇ ਗਏ, ਅਤੇ ਇਸ ਫਾਰਮ ਦਾ ਇਹ ਹੀ ਨਹੀਂ ਕਿ ਫਾਰਮ ਭਰੇ ਗਏ, ਫੈਸਿਲਿਟੀਆਂ ਜਿਹੜੀਆਂ ਪਹਿਲੇ ਵੀ ਦੱਸੀਆਂ ਗਈਆਂ ਕਿ ਕੰਟੀਨ ਸੁਵਿਧਾ ਵੀ ਮਿਲੇਗੀ ਅਤੇ ਮੈਡੀਕਲ ਸੁਵਿਧਾ ਵੀ ਮਿਲੇਗੀ। ਜਿਹੜਾ 1,000 ਰੁਪਇਆ ਮੈਡੀਕਲ ਦਾ ਮਿਲਦਾ ਸੀ ਉਹ ਕੱਟ ਅਪ ਕਰਕੇ ਆਪਾਂ ਤੁਹਾਡੇ ਜਿੰਨੇ ਵੀ ਤੁਹਾਡੇ ਉੱਤੇ ਮਤਲਬ ਬੱਚੇ ਡਿਪੈਂਡ ਕਰਦੇ ਆ ਜਾਂ ਮਾਂ ਬਾਪ ਡਿਪੈਂਡ ਕਰਦਾ, ਉਹਨਾਂ ਦਾ ਟ੍ਰੀਟਮੈਂਟ ਜਿਹੜਾ ਉਹ ਫਰੀ ਹੋਊਗਾ। ਉਹ ਫਰੀ ਨਹੀਂ, ਇੱਕ ਮਤਲਬ ਕਿ ਬਿਲਕੁਲ ਆਪਾਂ ਇਸ ਚੀਜ਼ ਨੂੰ ਕਹਿੰਦੇ ਹਾਂ, ਇਹ ਬਹੁਤ ਹੀ ਵਧੀਆ ਚੀਜ਼ ਹੈ। ਇਹਨੂੰ ਸਾਰੇ ਜਿੰਨੇ ਵੀ ਆਪਾਂ ਐਕਸਮੈਨ ਆ ਆਪਾਂ ਯੋਗਦਾਨ ਦੇ ਕੇ ਇਸ ਐਸੋਸੀਏਸ਼ਨ ਦਾ ਸਾਥ ਦੇਈਏ ਅਤੇ ਇਹਨੂੰ ਅੱਗੇ ਤਰੱਕੀ ਬਖਸ਼ਿਸ਼ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਕੋਟ ਤੋਂ ਤੇ ਹੁਣ ਤੁਹਾਡੀ ਅਸੀਂ ਕਰਾਉਂਦੇ ਹਾਂ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਹੋਣਾ ਨਾ, ਇਹ ਮੋਗੇ ਤੋਂ ਆਏ ਆ, ਇਹਨਾਂ ਨੇ ਮੋਗੇ ਜ਼ਿਲ੍ਹੇ ਤੋਂ ਇੱਥੇ ਪਹੁੰਚੇ ਆ ਤੇ ਇਹਨਾਂ ਦੇ ਵਿਚਾਰ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਬਲਵਿੰਦਰ ਸਿੰਘ ਧਾਲੀਵਾਲ ਮੋਗੇ ਤੋਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਸੁਰਿੰਦਰ ਸਿੰਘ ਕੰਢੀ ਸਾਹਿਬ ਦਾ, ਚੇਅਰਮੈਨ ਸਾਹਿਬ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੇ ਸਾਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਬਹੁਤ ਵਧੀਆ ਢੰਗ ਨਾਲ ਨਿਭਾ ਸਕੀਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਇੱਕ ਕਾਪੀ ਚਾਹੀਦੀ ਸੀ, ਸਾਰੀ ਕਾਪੀ ਲਈ ਪੂਰੀ ਫੋਟੋ ਕਾਪੀ ਲਾ ਕੇ ਹਾਂਜੀ 11 ਦੋ ਹਜ਼ਾਰ